15,000 ਲੀਟਰ ਦੁੱਧ ਦੇ ਨਾਲ ਭਰਿਆ ਇੱਕ ਟੈਂਕਰ ਸੜਕ ਦੇ ਕਿਨਾਰੇ ਤੇ ਪਲਟੀ ਹੋਇਆ। ਜਾਣਕਾਰੀ ਅਨੁਸਾਰ ਇੱਕ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਟੈਂਕਰ ਬੇਕਾਬੂ ਹੋ ਜਾਂਦਾ ਹੈ, ਜਿਸ ਦੇ ਕਾਰਨ ਇਹ ਟੈਂਕਰ ਸੜਕ ਦੇ ਕਿਨਾਰੇ ਤੇ ਪਲਟੀ ਵੀ ਹੋ ਜਾਂਦਾ ਹੈ, ਜਿਸ ਦੇ ਕਾਰਨ ਸਾਰਾ ਦੁੱਧ ਕਿਹਾ ਜਾ ਰਿਹਾ ਕਿ ਖਦਾਨਾਂ ਦੇ ਵਿੱਚ ਡੁੱਲਿਆ ਹੈ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਤਸਵੀਰਾਂ ਸਾਹਮਣੇ ਆਈਆਂ। ਅੱਜ ਸਵੇਰੇ ਤੜਕੇ ਇਹ ਭਿਆਨਕ ਹਾਦਸਾ ਵਾਪਰਿਆ। ਹਾਲਾਂਕਿ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ, ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ 15,000 ਲੀਟਰ ਦੁੱਧ ਦੇ ਨਾਲ ਭਰਿਆ ਇਹ ਟੈਂਕਰ ਸੀ ਜੋ ਕਿ ਸੜਕ 'ਤੇ ਜਾ ਰਿਹਾ ਸੀ, ਪਰ ਅਚਾਨਕ ਹੀ ਇਸ ਦੇ ਅੱਗੇ ਬਾਈਕ ਸਵਾਰ ਆ ਜਾਂਦਾ ਹੈ। ਉਸਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਟੈਂਕਰ ਸੜਕ ਦੇ ਕਿਨਾਰੇ ਪਲਟੀ ਹੋ ਜਾਂਦਾ ਹੈ। ਹਾਲਾਂਕਿ ਡਰਾਈਵਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ, ਜਦਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟੈਂਕਰ ਸੜਕ ਦੇ ਕਿਨਾਰੇ ਪਲਟੀ ਹੋਇਆ ਪਿਆ ਅਤੇ ਇਸ ਦੇ ਨਾਲ ਹੀ ਟੈਂਕਰ ਦਾ ਜੋ ਅਗਲਾ ਹਿੱਸਾ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਰੀਬ 15,000 ਲੀਟਰ ਦੁੱਧ ਦਾ ਵੱਡਾ ਨੁਕਸਾਨ ਹੋਇਆ। ਤਾਂ ਡੇਰਾ ਬਸੀ ਦੇ ਵਿੱਚ ਅੱਜ ਸਵੇਰੇ ਸਵੇਰੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ 15,000 ਲੀਟਰ ਦੁੱਧ ਦੇ ਨਾਲ ਭਰਿਆ ਟੈਂਕਰ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਕਿਆ ਨਾਮ ਹੈ ਆਪਕਾ? ਆਸ਼ੀਸ਼। ਆਸ਼ੀਸ਼, ਪਿਤਾ ਕਾ ਨਾਮ ਕਿਆ ਹੈ? ਸੰਜੀਵ ਪਟੇਲ। ਕਿਤਨੀ ਉਮਰ ਹੈ ਆਪਕੀ? 17 ਸਾਲ। ਕਹਾਂ ਪੇ ਰਹਤੇ ਹੋ? ਸ਼ਕਤੀਨਗਰ। ਸ਼ਕਤੀਨਗਰ ਰਹਤੇ ਹੋ? ਇਹ ਜੋ ਐਕਸੀਡੈਂਟ ਹੋਇਆ ਕੈਸੇ ਹੋਇਆ? ਟਰੱਕ ਵਾਲੇ ਨੇ ਲਿਆਣ ਕੇ ਮਾਰੀ ਨਹੀਂ ਸਿੱਟਾ। ਆਪ ਕਿਸ ਚੀਜ਼ ਪੇ ਥੇ? ਮੋਟਰਸਾਈਕਲ ਪੇ ਥੇ। ਆਪ ਕਹਾਂ ਸੇ ਆ ਰਹੇ ਥੇ? ਮੈਂ ਜਵਾਹਰਪੁਰ ਸੇ ਆ ਰਹਾ ਥਾ। ਜਵਾਹਰਪੁਰ ਸੇ ਡੇਰਾ ਬਸੀ ਕੀ ਤਰਫ ਆ ਰਹੇ ਥੇ? ਤੋ ਕੈਸੇ ਹੋਆ ਟਰੱਕ? ਉਹ ਮੈਂ ਆ ਰਹਾ ਥਾ, ਮਤਲਬ ਰੋਡ ਮੇਨ ਰੋਡ ਤੱਕ ਪਹੁੰਚਾ ਨਹੀਂ ਥਾ ਪੂਰਾ, ਉਸਨੇ ਮਤਲਬ ਲਿਆਣ ਕੇ ਸਿੱਟਾ ਮਾਰੀ ਮੈਂ ਉੱਪਰ। ਠੀਕ ਹੈ, ਤੋ ਅੱਗੇ ਜਾ ਕੇ ਟਰੱਕ ਪਲਟ ਗਿਆ? ਹਾਂਜੀ ਪਲਟ ਗਿਆ। ਡਰਾਈਵਰ ਠੀਕ ਹੈ? ਉਹ ਪੰਦਰਾਂ ਹਜ਼ਾਰ ਲੀਟਰ ਦੁੱਧ ਦੇ ਨਾਲ ਭਰਿਆ ਇੱਕ ਟੈਂਕਰ ਸੜਕ ਦੇ ਕਿਨਾਰੇ ਤੇ ਪਲਟੀ ਹੋਇਆ। ਜਾਣਕਾਰੀ ਅਨੁਸਾਰ ਇੱਕ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਟੈਂਕਰ ਬੇਕਾਬੂ ਹੋ ਜਾਂਦਾ ਹੈ, ਜਿਸ ਦੇ ਕਾਰਨ ਇਹ ਟੈਂਕਰ ਸੜਕ ਦੇ ਕਿਨਾਰੇ ਤੇ ਪਲਟੀ ਵੀ ਹੋ ਜਾਂਦਾ ਹੈ, ਜਿਸ ਦੇ ਕਾਰਨ ਸਾਰਾ ਦੁੱਧ ਕਿਹਾ ਜਾ ਰਿਹਾ ਕਿ ਖਦਾਨਾਂ ਦੇ ਵਿੱਚ ਡੁੱਲਿਆ। ਤਾਂ ਦੱਸ ਦਈਏ ਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਤਸਵੀਰਾਂ ਸਾਹਮਣੇ ਆਈਆਂ। ਅੱਜ ਸਵੇਰੇ ਤੜਕੇ ਇਹ ਭਿਆਨਕ ਹਾਦਸਾ ਵਾਪਰਿਆ। ਹਾਲਾਂਕਿ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ, ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ 15,000 ਲੀਟਰ ਦੁੱਧ ਦੇ ਨਾਲ ਭਰਿਆ ਇਹ ਟੈਂਕਰ ਸੀ ਜੋ ਕਿ ਸੜਕ 'ਤੇ ਜਾ ਰਿਹਾ ਸੀ, ਪਰ ਅਚਾਨਕ ਹੀ ਇਸ ਦੇ ਅੱਗੇ ਬਾਈਕ ਸਵਾਰ ਆ ਜਾਂਦਾ ਹੈ। ਉਸਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਟੈਂਕਰ ਸੜਕ ਦੇ ਕਿਨਾਰੇ ਪਲਟੀ ਹੋ ਜਾਂਦਾ ਹੈ। ਹਾਲਾਂਕਿ ਡਰਾਈਵਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ, ਜਦਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟੈਂਕਰ ਸੜਕ ਦੇ ਕਿਨਾਰੇ ਪਲਟੀ ਹੋਇਆ ਪਿਆ ਅਤੇ ਇਸ ਦੇ ਨਾਲ ਹੀ ਟੈਂਕਰ ਦਾ ਜੋ ਅਗਲਾ ਹਿੱਸਾ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਕਰੀਬ 15,000 ਲੀਟਰ ਦੁੱਧ ਦਾ ਵੱਡਾ ਨੁਕਸਾਨ ਹੋਇਆ। ਤਾਂ ਡੇਰਾ ਬਸੀ ਦੇ ਵਿੱਚ ਅੱਜ ਸਵੇਰੇ ਸਵੇਰੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ 15,000 ਲੀਟਰ ਦੁੱਧ ਦੇ ਨਾਲ ਭਰਿਆ ਟੈਂਕਰ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਕਿਆ ਨਾਮ ਹੈ ਆਪਕਾ? ਆਸ਼ੀਸ਼। ਆਸ਼ੀਸ਼, ਪਿਤਾ ਕਾ ਨਾਮ ਕਿਆ ਹੈ? ਸੰਜੀਵ ਪਟੇਲ। ਕਿਤਨੀ ਉਮਰ ਹੈ ਆਪਕੀ? 17 ਸਾਲ। ਕਹਾਂ ਪੇ ਰਹਤੇ ਹੋ? ਸ਼ਕਤੀਨਗਰ। ਸ਼ਕਤੀਨਗਰ ਰਹਤੇ ਹੋ? ਇਹ ਜੋ ਐਕਸੀਡੈਂਟ ਹੋਇਆ ਕੈਸੇ ਹੋਇਆ? ਟਰੱਕ ਵਾਲੇ ਨੇ ਲਿਆਣ ਕੇ ਮਾਰੀ ਨਹੀਂ ਸਿੱਟਾ। ਆਪ ਕਿਸ ਚੀਜ਼ ਪੇ ਥੇ? ਮੋਟਰਸਾਈਕਲ ਪੇ ਥੇ। ਆਪ ਕਹਾਂ ਸੇ ਆ ਰਹੇ ਥੇ? ਮੈਂ ਜਵਾਹਰਪੁਰ ਸੇ ਮਤਲਬ ਆ ਰਹਾ ਥਾ। ਜਵਾਹਰਪੁਰ ਸੇ ਡੇਰਾ ਬਸੀ ਕੀ ਤਰਫ ਆ ਰਹੇ ਥੇ?
तो कैसे हुआ ट्रक? वो मैं आ रहा था मतलब रोड पे, मेन रोड तक पहुंचा नहीं था पूरा, उसने मतलब ले आने की सीधा मारी मेरे ऊपर ही। ठीक है, तो आगे जाके ट्रक पलट गया। हाँ जी पलट गया। ड्राइवर ठीक है वो? उसका